ऐसा नाम निरंजन हो ऐसा नाम निरंजन हो ऐसा नाम निरंजन हो जे को मन जाने मन कोए जे को मन Yeah.
परमात्मा ने जगत का वचन दिया था कि इसका वाचिक
Thank you.
ਕਿੰਨੀਆਂ ਕੁ ਲਾਭ ਆਇਆ ਹੋਣਾ ਹੈ, ਕਿੰਨੀਆਂ ਕੁ ਅਗਰ ਭੇਟ ਕੀ
ਇੱਕ ਆਪਣੇ ਪਿਤਾ ਨੂੰ ਵੀ ਬੋਲਿਆ ਬਚਪਨ ਸੀ ਬਚਪਨ ਵਿੱਚ ਆਪਣੇ ਪਿਤਾ ਨੂੰ ਜਿੰਨੀ ਵਾਰ ਬੋਲਿਆ ਤੇ ਮਨ ਫਿਰ ਵੀ ਪਰਮਾਤਮਾ ਨੂੰ ਹੁੰਦੇ ਹੋਏ ਆਪਣੇ ਪਿਤਾ ਨਾਲ ਮਿਲ ਗਿਆ ਤਾਂ ਉਹ ਜਾਣਾ ਨਾ ਮੰਨਦਾ ਹੈ ਉਹਦੇ ਬਾਣੀ ਇਹ ਕਿ ਚੁਣੀ ਰਹੀ ਸੁਰਬ ਪ੍ਰਭ ਚਰਨ ਨੂੰ ਹੈ ਇੰਨੀ ਕੁ ਸੁਰਬ ਜਿਹੜੀ ਨਾ ਉਹ ਡਾਕਟਰ ਹੋ ਗਈ ਚੁਣੀ ਰਹੀ ਸੁਰਬ ਪ੍ਰਭ ਚਰਨ ਨੂੰ ਹੈ ਜਦੋਂ ਕਹਿੰਦੇ ਸਨ ਉਹਨਾਂ ਨੂੰ ਆ ਕੇ ਦੁਨੀਆਂ ਦੇ ਲੋਕ ਪੁੱਛਦੇ ਸੀ ਤੁਸੀਂ ਕੌਣ ਹੋ ਤੇ ਉਹਨਾਂ ਨੇ ਇੱਕੋ ਗੱਲ ਕਹਿਣੀ ਮੈਂ ਹੂੰ ਪਰਮ ਸੁਰਬ ਕਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਦੇ ਤੇ ਸੱਚਮੁੱਚ ਦੁਨੀਆਂ ਨੂੰ ਉਹਨਾਂ ਨੇ ਤਮਾਸ਼ੇ ਸਮਝਿਆ ਸੱਚਮੁੱਚ ਦੁਨੀਆਂ ਨੂੰ ਤਮਾਸ਼ਾ ਸਮਝਿਆ ਕਿ ਦੁਨੀਆਂ ਤਮਾਸ਼ਾ ਹੀ ਹੈ ਤੁਸੀਂ ਆ ਕੇ ਤੁਸੀਂ ਰਸਤੇ ਵਿੱਚ ਉਹਨਾਂ ਨੂੰ ਵੀ ਆ ਰਹੇ ਸੀ ਕਿਤੇ ਖੇਡਾਂ ਹੋ ਰਹੇ ਕਿਤੇ ਬਾਂਦਰ ਦੇ ਬਾਂਦਰ ਨੱਚ ਰਹੇ ਨੇ ਤਮਾਸ਼ਾ ਹੀ ਉਹ ਸਨ ਉਹ ਬੰਦਾ ਕਦੀ ਡਾਕਟਰ ਬਣ ਕੇ ਆਇਆ ਕਦੇ ਉਹ ਬੰਦਾ ਵਕੀਲ ਬਣ ਕੇ ਆਇਆ ਜਦੋਂ ਉਹ ਅਲੱਗ ਅਲੱਗ ਆਪਣੇ ਮੂਲ ਲਗਾਉਂਦਾ ਰਿਹਾ ਲਗਾਉਂਦਾ ਰਿਹਾ ਲਗਾਉਂਦਾ ਰਿਹਾ ਜਦੋਂ ਸਾਰਾ ਉਹਦਾ ਤਮਾਸ਼ਾ ਖਤਮ ਹੋ ਗਿਆ ਫਿਰ ਇੰਨਾ ਝੂਠਾ ਲੈ ਕੇ ਲੋਕਾਂ ਦੇ ਸੱਚ ਨਹੀਂ ਹੈ ਵਕੀਲ ਸੱਚ ਨਹੀਂ ਡਾਕਟਰ ਸੱਚ ਨਹੀਂ ਉਹ ਬਣਿਆ ਸੱਚ ਵਿੱਚ ਨਹੀਂ ਬਣਿਆ ਕਿਉਂਕਿ ਤਮਾਸ਼ਾ ਉਹ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੱਚਮੁੱਚ ਇਹ ਦੁਨੀਆਂ ਨੂੰ ਤਮਾਸ਼ਾ ਹੀ ਸਮਝਦੇ ਨੇ ਜਿੱਦਣ ਆਪਣੇ ਪਿਤਾ ਨੂੰ ਹੋ ਰਿਹਾ ਤਾਂ ਵੀ ਸੁਰਤ ਆਪਣਾ ਜੁੜੀ ਗਈ ਜਿੱਦਣ ਆਪਣਾ ਘਰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡੇ ਧਰਤੀ ਨੂੰ ਛੱਡਿਆ ਤਾਂ ਵੀ ਸੁਰਤ ਆਪਣਾ ਜੁੜੀ ਗਈ ਤਾਂ ਚੱਲ ਨੂੰ ਮਨ ਰਹਿ ਨਹੀਂ ਪਾਤਾ ਮਨ ਜੁੜਿਆ ਰਿਹਾ ਪਰਮਾਤਮਾ ਦੇ ਨਾਲ ਅਕਾਲ ਮੂਰਖ ਜਿਹੜੀ ਅੰਦਰ ਦੀ ਇੱਕ ਮਿਰਤਾ ਸੀ ਸੀਤੋ ਸੀਤਾ ਮਹਿਮਾ ਵਾਹੇ ਉਹ ਬਿਲਕੁਲ ਐ ਸੀਗੀ ਰਹੀ ਪਰਮਾਤਮਾ ਦੇ ਨਾਲ ਵੀ ਫਿਰ ਰੱਤ ਲਈ ਅਸੀਂ ਤੇ ਜੁੜ ਜਾਂਦੇ ਹਾਂ ਅਸੀਂ ਤੇ ਥਾਂ ਥਾਂ ਤੇ ਅਸੀਂ ਤੇ ਪੈਰ ਪੈਰ ਤੇ ਜੁੜ ਜਾਂਦੇ ਹਾਂ ਆਪ ਕੀ ਬਣ ਗਿਆ ਹੁਣ ਕੀ ਹੋਏਗਾ ਹੁਣ ਕੀ ਹੋਏਗਾ ਨਹੀਂ ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਤੁਸੀਂ ਝਾਤ ਮਾਰ ਕੇ ਦੇਖੋ ਵੀ ਕਿੰਨੇ ਚੜ੍ਹਦੀ ਕਲਾ ਵਿੱਚ ਨੇ ਉਹ ਘਰ ਚਲਿਆ ਗਿਆ ਸਸਤਾ ਨਦੀ ਆਈ ਸਭ ਕੁਝ ਹੋਇਆ ਇੱਥੇ ਸਾਡੇ ਸਿੰਘ ਦੇ 100 ਰੁਪਇਆ ਪਵਾ ਦੇ ਪਤਾ ਤਾਂ ਉਹ ਲੱਭ ਤੱਕ ਦਿੰਦਾ ਅਨਾਊਂਸਮੈਂਟ ਕਰਾਉਂਦਾ ਲੋਕ ਬਾਰੇ ਆ ਕੇ ਕਿ ਹਾਏ ਜਿਹੜਾ 100 ਰੁਪਇਆ ਪਵਾ ਦੀ ਅਨਾਊਂਸਮੈਂਟ ਕਰੋ ਪਰਸ ਪਵਾ ਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸੁਰਤ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਮਨ ਹੈ ਉਹ ਪਰਮਾਤਮਾ ਨਾਲ ਜੁੜਿਆ ਨਾ ਪਿਤਾ ਨਾਲ ਜੁੜਿਆ ਨਾ ਉਹਨਾਂ ਦਾ ਮਨ ਧਰਮ ਨਾਲ ਜੁੜਿਆ ਨਾ ਉਹਨਾਂ ਦਾ ਮਨ ਮਾਇਆ ਨਾਲ ਜੁੜਿਆ ਹਮੇਸ਼ਾ ਚੜ੍ਹਦੀ ਕਲਾ ਤੇ ਖਜ਼ਾਨਾ ਉੜ ਗਿਆ ਕੋਈ ਗੱਲ ਨਹੀਂ ਆਇਆ ਸੀਗਾ ਫਿਰ ਕੀ ਹੋ ਗਿਆ ਖਜ਼ਾਨਾ ਉੜ ਗਿਆ ਤੂੰ ਖਜ਼ਾਨਾ ਨਾ ਸਾਹ ਤੂੰ ਅੰਮ੍ਰਿਤ ਲੀਲਾ ਸਾਹ ਤੇ ਗਾਈ ਫਿਰ ਆਸਾ ਦੀ ਵਾਰ ਉਹਦੇ ਸਵੇਰੇ ਕਿਉਂਕਿ ਸੁਰਤ ਆਪਣਾ ਜੁੜੀ ਹੋਈ ਹੈ ਫਿਰ ਦਇਆ ਸਿੰਘ ਜੀ ਦਾ ਸਤਿਗੁਰੂ ਸਾਹਿਬ ਕਰਦੇ ਚਲੇ ਗਏ ਤੁਹਾਡੇ ਮਹਿਲ ਚਲੇ ਗਏ ਸਤਿਗੁਰ ਆਪ ਕਰਕੇ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਚਲੇ ਗਏ ਚਲੇ ਕਿਉਂਕਿ ਸੁਰਤ ਨਹੀਂ ਜੁੜੀ ਜਦੋਂ ਸਾਡੀ ਸੁਰਤ ਨਿਰੰਕਾਰ ਦੀ ਬਜਾਏ ਸੰਸਾਰ ਨਾਲ ਜੁੜ ਜਾਂਦੀ ਹੈ ਫਿਰ ਅਸੀਂ ਪੁੱਠੇ ਹੋ ਕੇ ਚੱਲਣ ਲੱਗਦੇ ਹਾਂ ਪੁੱਠੇ ਸੁਧੇ ਸੁਧੇ ਵੇਗ ਜਦੋਂ ਤੁਮ ਨੰਬਰ ਧਰਤਾ ਬਣੀ ਹੈ ਸਤਿਗੁਰ ਆਪ ਕਰਕੇ ਸਿੱਧਾ ਹੋ ਕੇ ਚੱਲ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਚੱਲਦੇ ਨੇ ਗੁਰੂ ਗੋਬਿੰਦ ਸਿੰਘ ਜੀ ਤੁਰੇ ਫਿਰ ਚਮਕੌਰ ਦੀ ਗੜੀ ਆ ਗਈ ਆਪਣੀਆਂ ਅੱਖਾਂ ਦੇ ਸਾਹਮਣੇ ਦੋ ਸਾਹਿਬ ਜਾਂਦੇ ਨੂੰ ਰਸ਼ੀਆਂ ਖਾਂਦਿਆਂ ਨੂੰ ਦੇਖਿਆ ਨੇਜੇ ਖਾਂਦਿਆਂ ਨੂੰ ਦੇਖਿਆ ਸਿੰਘਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਪਰ ਸੁਰਤ ਬੱਚਿਆਂ ਨਾਲ ਨਹੀਂ ਸੀ ਜੁੜੀ ਸੁਰਤ ਲਾਲਾਂ ਨਾਲ ਜੁੜੀ ਹੋਈ ਸੀ ਉੱਥੇ ਫਿਰ ਵੀ ਚੜ੍ਹਦੀ ਕਲਾ ਵਿੱਚ ਦੇਖੋ ਕਿਉਂਕਿ ਚੁਣੀ ਰਹੀ ਸੁਰਤ ਪ੍ਰਭ ਚਰਨ ਹੈ ਤਨ ਚਰਨ ਮਨ ਲੈ ਤੁਹਾਡਾ ਅਸੀਂ ਵੀ ਇਹ ਅਰਦਾਸ ਕਰੀਏ ਸਤਿਗੁਰੂ ਵੀ ਜਿਹੜਾ ਮੇਰਾ ਮਨ ਹੈ ਜਿਹੜੇ ਮੇਰੇ ਅੰਦਰ ਦੀ ਦਿਲ ਅੰਦਰ ਦੀ ਵੇਦਨਾ ਹੈ ਉਹ ਹਮੇਸ਼ਾ ਤੇਰੇ ਨਾਲ ਜੁੜੀ ਰਹੇ ਕੋਈ ਗੱਲ ਨਹੀਂ ਘਰ ਦੇ ਹਾਲਾਤ ਇਹਨਾਂ ਦੇ ਬਣਦੇ ਨਹੀਂ ਗਏ ਘਰ ਦੇ ਇਹਨਾਂ ਦਾ ਸਮਾਂ ਦੇਖੋ ਇਹ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਮਤ ਸਮਝੀ ਇਹ ਗੁਆਂਢੀ ਦੇ ਘਰ ਹੋਇਆ ਹੈ ਕਿ ਕੱਲ੍ਹ ਤੇ ਘਰ ਨਹੀਂ ਹੋ ਸਕਦਾ ਜੋ ਪੜੋਸੀ ਇਹ ਹੋਊਗਾ ਉਹ ਆਪਣੇ ਵੀ ਜਾਣ ਜਿਹੜਾ ਗੁਆਂਢੀ ਦੇ ਘਰ ਹੋਇਆ ਹੋਇਆ ਹੈ ਉਹ ਮੇਰੇ ਘਰ ਚ ਵੀ ਹੋ ਸਕਦਾ ਕਾਹਦਾ ਮਾਣ ਕਰਦਾ ਕਾਹਦਾ ਇਹ ਮਾਲਕ ਦੀਆਂ ਖੇਡਾਂ ਦਾ ਉਹ ਉਹੀ ਜਾਣਦਾ ਹੈ ਬਿਨ ਪੁੱਛਿਆ ਨਹੀਂ ਲੈ ਜਾਏ ਉਹ ਇੰਨਾ ਕੁ ਸਮਰੱਥ ਹੈ ਤੇ ਇਸ ਕਰਕੇ ਇਹੀ ਗੱਲ ਕਹਿਣੀ ਚਾਹੀਦੀ ਹੈ ਐਸੀ ਮਾਲਕ ਦੀ ਜੈ ਮੇਰੇ ਠਾਕੁਰ ਸਦਾ ਸਦਾ ਅੰਦਰਿਆਈ ਐਸੀ ਮੁੱਢ ਕਰੋ ਖਾਲਸਾ ਐਸੀ ਮਤ ਦੇ ਤੇ ਇਹ ਗਿਆਨ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਆ ਕੇ ਦੇ ਰਿਹਾ ਇਹ ਗਿਆਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਦੇ ਰਿਹਾ ਦੇਖੋ ਗੱਲ ਕਰ ਰਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਵੀ ਚਮਕੌਰ ਦੀ ਗੜੀ ਤੋਂ ਚੱਲ ਕੇ ਮਾਛੀ ਮਾੜੇ ਦੇ ਜੰਗਲ ਚ ਪੈ ਕੇ ਮਾਛੀ ਮਾੜੇ ਦੇ ਜੰਗਲਾਂ ਚ ਪੈ ਕੇ ਉੱਥੇ ਵੀ ਪਰਮਾਤਮਾ ਨੂੰ
ਸਿਨਾਰੀ ਹੁੰਦੇ ਨੇ ਉੱਥੇ ਬਹਿ ਕੇ ਵੀ ਗਾਇਆ ਮਿੱਤਰ ਪਿਆਰੇ ਭਾਰ ਨੀਤਾਂ ਦਾ ਸੁਣ ਮੇਰੇ ਲੋਕ ਰਜਾਈਆਂ ਦਾ ਉਹਨਾਂ ਦਾ ਮਾਲਕ ਆਸਾਂ ਦੇ ਰਹਿਣਾ ਸੂਲ ਸੁਰਾ ਦੀ ਖੰਡਨ ਪਿਆਲਾ ਡਿੱਗ ਰਸਾਈਆਂ ਦਾ ਸਹਿਣਾ ਯਾਰ ਨੇ ਦਾ ਸਾਨੂੰ ਸੱਤਰ ਚੰਗਾ ਭੱਗ ਖੇੜਿਆਂ ਦਾ ਹੈ ਅਸੀਂ ਇਹ ਕੇਵਲ ਗੱਲਾਂ ਗੱਲਾਂ ਨੂੰ ਕਹਿ ਕੇ ਆ ਆਂਧੀ ਚੜ੍ਹਦੀ ਗੱਲ ਕਰੋ ਪਰ ਜੇ ਕਿਤੇ ਝਾਕ ਮਾਰ ਕੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਇੰਨੀ ਚੜ੍ਹਦੀ ਗੱਲ ਪਰ ਨਾ ਇਹ ਗੱਲ ਵੀ ਪੱਕੀ ਹੈ ਦੁੱਖ ਤੇ ਹੁੰਦਾ ਹੀ ਹੈ ਦੁੱਖ ਤੇ ਹੁੰਦਾ ਹੀ ਦੁੱਖ ਤੇ ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਨੂੰ ਬਹੁਤ ਆਇਆ ਦੁੱਖ ਤੇ ਭਾਈ ਸੰਗੀ ਰਾਸ ਨੂੰ ਜਦੋਂ ਰੂਹ 'ਚ ਬੰਨ ਕੇ ਸਾੜਿਆ ਗਿਆ ਉਹਨਾਂ ਦੁੱਖ ਤੇ ਸਰੀਰ ਨੂੰ ਲੱਗਿਆ ਪਰ ਮਨ ਇਹਨਾਂ ਚੜ੍ਹਦੀ ਗੱਲ ਵਿੱਚ ਸੀ ਕਿਉਂਕਿ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਲੈ ਲਿਆ ਤੇ ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਵਚਨ ਇਹ ਬੜਾ ਬੜਾ ਹੁੰਦਾ ਹੈ ਬਹੁਤ ਬੜਾ ਹੁੰਦਾ ਤੇ ਜਦੋਂ ਅਸੀਂ ਇਹਦੇ ਤੋਂ ਗਿਆਨ ਲੈ ਲੈਂਦੇ ਹਾਂ ਜਦੋਂ ਅਸੀਂ ਇਹਦੇ ਤੋਂ ਜੀਵਨ ਜਿਉਣ ਦਾ ਢੰਗ ਸਿੱਖ ਲਿਆ ਜਦੋਂ ਜੀਵਨ ਜਿਉਣ ਦਾ ਢੰਗ ਸਿੱਖ ਲਿਆ ਫਿਰ ਵੀ ਕਿਸੇ ਬਾਬੇ ਕੋਲ ਬਹਿੰਦੇ ਜਾ ਕੇ ਫਿਰ ਅਸੀਂ ਇਹਦੇ ਤੋਂ ਜਾ ਕੇ ਕਹਾਂਗੇ ਫਿਰ ਵੀ ਅਸੀਂ ਕਿਸੇ ਪੀਰ ਦੀ ਜਗ੍ਹਾ ਤੇ ਬਹਿੰਦੇ ਜਾ ਕੇ ਫਿਰ ਵੀ ਅਸੀਂ ਕਿਸੇ ਦੇ ਗੁਰੜਿਆਂ ਨੂੰ ਬਹਿੰਦੇ ਜਾ ਕਿਉਂਕਿ ਇਹ ਗੁਰਬਾਣੀ ਨਾਲ ਇਹ ਵੀ ਅੱਜ ਜਿਹੜੀ ਕਿਹਾ ਨਾ ਕਿ ਕਿਸੇ ਕੋਲ ਚਲੇ ਗਏ ਕੋਈ ਆਹ ਵਚਨ ਕਰਦੇ ਵਚਨ ਤੇ ਆਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਹੋਰ ਵਚਨ ਸਭ ਜੀ ਮਤਲਬ ਲੋਕੇ ਨੂੰ ਕਿਸੇ ਬਾਬੇ ਨੂੰ ਜਾਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਮੱਥਿਆਂ ਨੂੰ ਲਿਆਓ ਦੇਖੋ ਆਪ ਦੇ ਅੰਦਰ ਪਾਤਸ਼ਾਹ ਵੀ ਕੋਲ ਨਹੀਂ ਹੈ ਕਿਸੇ ਹੋਰ ਕੋਲ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਕੋਲ ਆਇਆ ਤੇ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਬਦਲ ਨਹੀਂ ਗੁਰੂ ਗ੍ਰੰਥ ਸਾਹਿਬ ਕਰਦੇ ਨੇ ਜਦੋਂ ਅਸੀਂ ਆਪਣੇ ਮੱਥੇ ਨੂੰ ਲਿਆ ਕੇ ਉਠਾਦਾ ਲੈ ਸਤਿਗੁਰੂ ਮੇਰਾ ਵਚਨ ਪਿਤਾ ਮਾਤਾ ਕੀ ਅਸੀਤ ਹਾਂ ਨੂੰ ਆਖਦਾ ਸਤਿਗੁਰੂ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੀ ਗੱਲ ਕਰਦੇ ਹੋ ਪਹਾੜਾਂ ਮੰਨਣ ਦੀ ਗੱਲ ਕਰਦੇ ਹੋ ਪ੍ਰਸ਼ਨ ਕਰਵਾਓ ਅਕਲ ਕੇ ਕਿੱਦਾਂ ਕਰਕੇ ਗੁਜਰਾਤ ਦੀ ਧਰਤੀ ਵਿੱਚ ਚਲਿਆ ਗਿਆ ਉੱਥੇ ਇੱਕ ਨਗਰ ਹੈ ਉੱਥੇ ਜਾਣਾ ਹੁਣ ਉਹ ਗੁਰੂ ਦਾ ਪਿਆਰਾ ਸਿੱਖ ਜਿਹੜਾ ਸੀ ਉਹ ਆਇਆ ਨਗਰ 'ਚ ਪਹੁੰਚਿਆ ਜਦੋਂ ਨਗਰ ਵਿੱਚ ਪਹੁੰਚਿਆ ਖੁਸਦਾ ਖੁਸਦਾ ਘਰ ਵੀ ਚਲਿਆ ਗਿਆ ਹੁਣ ਘਰ ਵੀ ਲੱਗੇ ਹੋਏ ਨੇ ਮਠਿਆਈ ਬਣ ਰਹੀ ਹੈ ਉਹਦੇ ਘਰ ਦਾ ਮਾਲਕ ਜਿਹੜਾ ਭਾਈ ਭਾਰੀ ਸੀ ਨਾ ਉਹ ਆਪਣੇ ਸ਼ਬਦ ਦੇ ਵਿੱਚ ਬੈਠਾ ਹੋਇਆ ਬਾਕੀ ਸਾਰੇ ਕੰਮ ਦੇ ਰੁੱਝੇ ਹੋਏ ਉਹ ਆਪਣੇ ਸ਼ਬਦ ਥੱਲੇ ਬੈਠਾ ਹੋਇਆ ਛੱਪਰ ਥੱਲੇ ਬੈਠਾ ਇੱਕ ਜਿਵੇਂ ਪੁਰਾਣੇ ਸਮਿਆਂ 'ਚ ਹੁੰਦਾ ਸੀ ਅੱਜ ਦੇ ਆਪਾਂ ਗੱਡਿਆਂ ਗੁੱਡਿਆਂ ਦੇ ਪੱਲੜ ਜੇ ਬਣਾ ਲੈਂਦੇ ਹਾਂ ਅਤੇ ਉਦੋਂ ਉਹ ਆਪਣੇ ਹੱਥ ਨਾਲ ਹੀ ਉਹ ਤਿਆਰ ਕਰ ਰਿਹਾ ਸੀ ਇੱਕ ਸੂਈ ਧਾਗੇ ਦੇ ਨਾਲ ਹੀ ਜਿਹੜਾ ਉਦੋਂ ਪੱਲੜ ਜਿਹਾ ਤਿਆਰ ਕਰ ਰਿਹਾ ਸੀ ਚਰਨ ਨਮਸਕਾਰ ਕੀਤੀ ਆਪਸ ਵਿੱਚ ਸਤ ਕਰਤਾਰ ਦੀ ਸਾਂਝ ਹੋਈ ਉਸ ਵੇਲੇ ਜੋ ਚਲੋ ਰਾਤ ਬੀਤੀ ਰਾਤ ਕੱਟੀ ਦੋਨਾਂ ਜਣਿਆਂ ਨੇ ਸਵੇਰ ਹੋਈ ਅਕਲ ਫਿਰ ਲੱਕੜ ਵਾਲੀ ਦੁਕਾਨ 'ਤੇ ਗਿਆ ਉੱਥੋਂ ਇੱਕ ਪੌੜੀ ਦੀ ਖਰੀਦ ਲਈ ਘਰ 'ਤੇ ਖੁਸ਼ੀ ਦਾ ਮਾਹੌਲ ਅਤੇ ਸਮਾਨ ਖਰੀਦਣ ਦਾ ਬਰਕਤ ਆ ਘਰ ਵਿੱਚ ਵਿਆਹ ਹੋ ਰਿਹਾ ਅਤੇ ਸਮਾਨ ਖਰੀਦ ਲਿਆ ਬਰਕਤ ਆ ਚਲੋ ਪਰਮਾਤਮਾ ਦੀ ਐਸੀ ਮਿਹਰਬਾਨੀ ਜਿਹੜਾ ਬੱਚਾ ਉਹ ਰਾਤ ਨੂੰ ਮੰਜੇ 'ਤੇ ਸੁੱਤਾ ਰੱਬ ਦੀ ਮਿਹਰਬਾਨੀ ਚੜ੍ਹਾਈ ਜਾ ਰਹੀ ਹੈ ਭਾਈ ਭਖਾਰੀ ਗਿਆ ਆਪਣੇ ਕਮਰੇ 'ਚ ਆਪਣੇ ਕਮਰੇ 'ਚ ਗਿਆ ਉਹਨੇ ਉਹ ਜਿਹੜਾ ਸਾਰਾ ਸਮਾਨ ਖਰੀਦਿਆ ਹੋਇਆ ਸੀ ਲਿਆਂਦਾ ਕੱਫੜ ਪਾਤਾ ਪੁੱਤ ਦੇ ਸੀੜੀ 'ਤੇ ਆਪਣੇ ਬੱਚੇ ਦੀ ਲਾਸ਼ ਪਾਤੀ ਅਤੇ ਬਾਣੀ ਪੜ੍ਹਨ ਲੱਗ ਪਿਆ ਜੋ ਆਇਆ ਸੋ ਗੱਲ ਸੀ ਸਭ ਕੋਈ ਜਾਣੀ ਭਾਈ ਭਖਾਰੀ ਖੇਡਾਂ ਦਾ ਕੋਈ ਪਤਾ ਨਹੀਂ ਵੀ ਉਹ ਕਿਹੜੇ ਵੇਲੇ ਖੇਡਾਂ ਦਾ ਭਾਣਾ ਦਾ ਸਾਫ ਹੋਵੇ ਪਰਮਾਤਮਾ ਦਾ ਸ਼ੁਕਰ ਕਰਦਾ ਹੈ ਅਸੀਂ ਵੀ ਕਿਹਾ ਕਰੀਏ ਮਾਨਵ ਜੀ ਦੇ ਬਿਨਤੀ ਸਮਝਾਣ ਦੇਵਨ ਕੋ ਇੱਕ ਹੈ ਭਗਵਾਨ ਅਤੇ ਉਹ ਲੜਕੇ ਦੇ ਪਿਤਾ ਦੀ ਉਹ ਕਾਰੇ ਸੁੱਖ ਦੇ ਸਾਰੇ ਨੇ ਜਿਸ ਦੀ ਬਸ ਸੋਈ ਲੈ ਜਾਏ ਜਿਵੇਂ ਉਹ ਚੀਜ਼ ਹੈ ਉਹਨੇ ਲੈ ਜਾਣੀ ਅਤੇ ਅੱਜ ਵੀ ਸਾਨੂੰ ਇਹ ਸੰਕੇਤ ਦਿੰਦੇ ਹੈ ਭਾਵੇਂ ਸਿੱਖਾਂ ਜੇ ਕੁਝ ਮਰਜ਼ੀ ਮਾਹੌਲ ਰਹੇ
ਔਰ ਹਮੇਸ਼ਾ ਚੜ੍ਹਦੀ ਕਲਾ ਦੇ ਸੀਗੇ ਸੋ ਇਸ ਕਰਕੇ ਆਪ ਸਭਾ ਕਮਾਈ ਭਾਈ ਸੰਗਤਾਂ ਇਹ ਅਰਦਾਸ ਕਰਿਓ ਸਤਿਗੁਰ ਦੇ ਚਰਨਾਂ ਸਤਿਗੁਰੂ ਜਿਵੇਂ ਉਸ ਬੱਚੇ ਨੇ ਲਾਈ ਸੀ ਆਪ ਜੀ ਨਾਲ ਉਹਨਾਂ ਦੀ ਮਿਹਰ ਹੋਈ ਅਤੇ ਸਾਡੇ 'ਤੇ ਮਿਹਰ ਕਰਿਓ ਕਿਰਪਾ ਕਰਿਓ ਸਾਡੀ ਵੀ ਇਸੇ ਤਰ੍ਹਾਂ ਦੀ ਬਜਾਏ ਇਸ ਕਰਕੇ ਅੰਮ੍ਰਿਤਧਾਰੀ ਹੋਈਏ ਬਾਣੀ ਔਰ ਬਾਣੀ ਦੇ ਧਾਰਨੀ ਬਣੀਏ ਅਤੇ ਬਾਣੀ ਨੂੰ ਮਤਲਬ ਕਿ ਅਸੀਂ ਆਪਣਾ ਜੀਵਨ ਸਫਲਾ ਬਣਾਈਏ ਕਿਉਂਕਿ ਕਾਫੀ ਵਾਰੀ ਹੈ ਸਾਡੇ ਕੋਲ ਆ ਹੀ ਸਾਡੇ ਕੋਲ ਸਮਾਂ ਹੈ ਉਹਨਾਂ ਨੇ ਫਿਰ ਇਹ ਫਿਰ ਜਾਂ ਅਵਸਰ ਚੜ੍ਹੇ ਨਾ ਹੱਥਾਂ ਫਿਰ ਨਹੀਂ ਇਹ ਸਾਡੇ ਹੱਥਾਂ ਦਾ ਸਮਾਂ ਇਹਨੂੰ ਗੋਲਡ ਚਾਂਸ ਕਹਿ ਰਹੇ ਹੋ ਗੋਲਡ ਜਾਣ ਦਾ ਸੁਨਹਿਰੀ ਮੌਕਾ ਵੀ ਇਹ ਵਾਰੀ ਕਿਹੜੀ ਹੋਈ ਹੈ ਸਾਨੂੰ ਅਤੇ ਇਸ ਵਾਰੀ ਨੂੰ ਅਸੀਂ ਸਫਲ ਕਰਕੇ ਜਾਏਗਾ ਦੁਨੀਆਂ ਨੂੰ ਜਿਵੇਂ ਉਹ ਬੱਚੇ ਨੇ ਆਪਣੀ ਜ਼ਿੰਦਗੀ ਨੂੰ ਸਫਲ ਕੀਤਾ ਭਾਵੇਂ 20 ਸਾਲ ਦੀ ਉਮਰ ਗੁਜ਼ਾਰੀ ਪਰ ਉਮਰ ਬਹੁਤ ਸੋਹਣੀ ਗੁਜ਼ਾਰੀ ਅਤੇ ਜੇ ਕੋਈ 80 ਸਾਲ ਦਾ ਹੋ ਕੇ ਮਰ ਗਿਆ ਸ਼ਰਾਬ ਪੀਂਦਾ ਮਰ ਗਿਆ ਫਿਰ ਨਹੀਂ ਕਿਸੇ ਨੇ ਤੈਨੂੰ ਯਾਦ ਕਰਦਾ ਫਿਰ ਨਹੀਂ ਕੋਈ ਯਾਦ ਕਰਦਾ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣਾ 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 ਗੁਜ਼ਾਰ ਕੇ ਰਹੀਏ ਤਾਂ ਕਿ ਪਰਿਵਾਰ ਵਾਲੇ ਵੀ ਯਾਦ ਕਰਨ ਸੰਸਾਰ ਵੀ ਯਾਦ ਕਰੇ ਕਿ ਹਾਂ ਕੋਈ ਲੜਕਾ ਸੀ ਕੋਈ ਬੱਚਾ ਸੀ ਕੋਈ ਇਨਸਾਨ ਆਇਆ ਸੀ ਦੁਨੀਆਂ 'ਚ ਇੰਨੀ ਸੋਹਣੀ ਜ਼ਿੰਦਗੀ ਇੰਨਾ ਸੋਹਣਾ ਜੀਵਨ ਗੁਜ਼ਾਰ ਕੇ ਗਿਆ ਸੋ ਅਰਦਾਸ ਦੇ ਮਾਲਕ ਦੇ ਚਰਨਾਂ 'ਚ ਇਸੇ ਤਰ੍ਹਾਂ ਸਤਿਗੁਰੂ ਜੀ ਪਰਿਵਾਰ ਉੱਤੇ ਮਿਹਰ ਰੱਖਣ ਸਤਿਗੁਰੂ ਆਪਣੇ ਦਰ ਦੇ ਆਦਰਣ ਜੋੜ ਕੇ ਰੱਖਣ ਇਹੋ ਅਰਦਾਸ ਹੈ ਆਪ ਸੰਗਤਾਂ ਨੂੰ ਜੀਆਂ ਜਾਂ ਪਾਸ ਵੱਲੋਂ ਮਹਾਂਪੁਰਖਾਂ ਵੱਲੋਂ ਭਾਵੇਂ ਕਿ ਉਹ ਬਾਹਰ ਗਏ ਹੋਏ ਸੋ ਉਹਨਾਂ ਵੱਲੋਂ ਜੱਥੇ ਵੱਲੋਂ ਸਾਰੇ ਨੂੰ ਸੰਗਤਾਂ ਨੂੰ ਧੰਨਵਾਦ ਜੀ ਆਇਆਂ ਨੂੰ ਸੋ ਸਤਿਗੁਰੂ ਕਿਰਪਾ ਕਰਨ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਵਿਚਾਰਾਂ ਕਰਦੇ ਹਾਂ ਇੱਕ ਦਿਨ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਦੇ ਗੁਰੂ ਸਾਹਿਬ ਬਖਸ਼ਣ ਜੋਗ ਨੇ ਆਓ ਆਪਾਂ ਆਨੰਦ ਸਾਹਿਬ ਦਾ ਪਾਠ ਕਰੀਏ ਕੋਈ ਰਸਮਾਂ ਮਾਨੀ ਨਾ ਰਹੇ ਰਸਨਾ ਨੂੰ ਨਾਨਕ ਦੇ ਮਨ ਵਿੱਚ ਕੇ ਕੀ
Yeah.
ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਗੁਜ਼ਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।